पंजाब दे विच आए दिन चोरी दीआं वारदातां विच वाधा हो रहा है। पटियाला शहर की गल की जाए तो पुलिस प्रशासन उत्ते लोकां वल्लों वड्डे सवाल ने जिहड़े ओह चुके गए ने। शहर दे विच चोरां दे हौसले इन्ने बुलंद ने कि शरेआम बाजार दे विच खड़ियां गड्डियां दे शीशे तोड़े जांदे ने। शीशे तोड़ के गड्डियां दीआं बैटरियां ने जिहड़ियां ओह चोरी कर लईआं जांदियां ने ਅਤੇ ਆਰਾਮ ਨਾਲ ਚੋਰ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ। ਤਾਂ ਇਹ ਜਿਹੜਾ ਮਾਮਲਾ ਹੈ ਪਟਿਆਲਾ ਦੀ ਇੱਕ ਵੱਡੀ ਮਾਰਕੀਟ ਸਾਈ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਚੋਰਾਂ ਵੱਲੋਂ 6 ਕਾਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਸਾਈ ਮਾਰਕੀਟ ਵਿਖੇ ਪਿਛਲੇ ਲੰਮੇ ਸਮੇਂ ਤੋਂ ਲੋਕ ਆਪਣੀਆਂ ਗੱਡੀਆਂ ਠੀਕ ਕਰਵਾਉਣ ਲਈ ਆਉਂਦੇ ਨੇ ਅਤੇ ਆਪਣੀਆਂ ਗੱਡੀਆਂ ਦੁਕਾਨਦਾਰਾਂ ਕੋਲ ਖੜਾ ਜਾਂਦੇ ਨੇ। ਸੀਸੀਟੀਵੀ ਕੈਮਰੇ ਵਿੱਚ ਪੂਰੀ ਵਾਰਦਾਤ ਕੈਦ ਹੋਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਨੇ ਜਿਹੜੇ ਉਹ ਇੱਕ ਪੱਥਰ ਦੀ ਮਦਦ ਨਾਲ ਬੜੀ ਆਸਾਨੀ ਨਾਲ ਕਾਰ ਦਾ ਸ਼ੀਸ਼ਾ ਤੋੜ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਕਾਰ ਦਾ ਬੋਨਟ ਖੋਲ ਕੇ ਗੱਡੀਆਂ ਦੀਆਂ ਬੈਟਰੀਆਂ ਨੇ ਜਿਹੜੀਆਂ ਉਹ ਚੋਰੀ ਕਰ ਲੈਂਦੇ ਨੇ। ਤਾਂ ਦੁਕਾਨਦਾਰਾਂ ਨੇ ਵੱਡੇ ਸਵਾਲ ਨੇ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਉੱਤੇ ਚੁੱਕੇ ਨੇ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਪੁਲਿਸ ਵੱਲੋਂ ਚੰਗੀ ਤਰ੍ਹਾਂ ਗਸ਼ਤ ਨਹੀਂ ਕੀਤੀ ਜਾਂਦੀ, ਜਿਸ ਕਰਕੇ ਉਹਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਕੀ ਕਹਿਣਾ ਹੈ ਪੂਰੇ ਮਾਮਲੇ ਬਾਰੇ ਦੁਕਾਨਦਾਰਾਂ ਅਤੇ ਮਾਰਕੀਟ ਦੇ ਪ੍ਰਧਾਨ ਦਾ, ਆਓ ਦੇਖਦੇ ਹਾਂ। ਹਾਂਜੀ, ਮੈਂ ਗੁਰਪਿਆਰ ਸਿੰਘ ਜੱਗੀ, ਪ੍ਰਧਾਨ ਸਾਈ ਮਾਰਕੀਟ। ਮੈਂ ਇੱਥੇ ਮੌਕੇ 'ਤੇ ਜਦੋਂ ਇਹਨਾਂ ਮਿਸਤਰੀਆਂ ਨੇ ਆ ਕੇ ਦੱਸਿਆ, ਮੈਂ ਇੱਥੇ ਆ ਕੇ ਮੌਕੇ ਦਾ ਜਾਇਜ਼ਾ ਲਿੱਤਾ। ਇੱਥੇ ਘੱਟੋ ਘੱਟ 6 ਗੱਡੀਆਂ ਦੇ ਸ਼ੀਸ਼ੇ ਤੋੜੇ ਹੋਏ ਹੈ ਅਤੇ ਉਹਨਾਂ ਦੀਆਂ ਬੈਟਰੀਆਂ ਰਾਤ ਚੋਰ ਕੱਢ ਕੇ ਲੈ ਗਏ ਹੈ, ਜੋ ਕਿ ਬੜੀ ਨਿੰਦਣਯੋਗ ਗੱਲ ਹੈ। ਮੈਂ ਪੁਲਿਸ ਪ੍ਰਸ਼ਾਸਨ ਔਰ ਸਾਰੇ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਸ ਨੂੰ ਸਖਤੀ ਨਾਲ ਦੇਖਦੇ ਹੋਏ ਇਸ ਇਹੋ ਜਿਹੀ ਚੋਰੀਆਂ ਰੋਕੇ ਜਾਣ, ਨਹੀਂ ਤਾਂ ਲੋਕਾਂ ਦਾ ਵਿਸ਼ਵਾਸ ਉੱਡ ਜਾਣਾ ਹੈ, ਜੋ ਕਿ ਇਹ ਨੁਕਸਾਨ ਜਿਹੜਾ ਹੈ 1-1.5 ਲੱਖ ਰੁਪਏ ਦਾ ਹੈ। ਇਹਨਾਂ ਗਰੀਬ ਮਿਸਤਰੀਆਂ ਕੋਲ ਇੰਨਾ ਕੋਈ ਸਿਸਟਮ ਨਹੀਂ ਹੁੰਦਾ, ਇਹ ਮੁਆਵਜ਼ੇ ਭਰੇ ਜਾਣ। ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਉਹ ਆਪਣੇ ਪੂਰੀ ਸਖਤੀ ਨਾਲ ਇਸ ਕੇਸ ਨੂੰ ਹੱਲ ਕਰਨ ਅਤੇ ਇਸ ਨੂੰ ਪੂਰੇ ਮੁਸਤੈਦੀ ਨਾਲ ਇਸ ਨੂੰ ਚੋਰਾਂ ਨੂੰ ਫੜਨ ਅਤੇ ਅੱਗੋਂ ਦੀ ਇਹੋ ਜਿਹਾ ਕੋਈ ਕੰਮ ਨਾ ਕਰ ਸਕੇ, ਇਹੋ ਜਿਹਾ ਵੀ ਬੰਦੋਬਸਤ ਕਰਨ। ਮੌਕੇ ਦੀ CCTV ਹੈਗੀ ਹੈ ਇੱਕ ਛੋਟੀ ਜਿਹੀ, ਉਹਦੇ 'ਚ 2 ਅਣਪਛਾਤੇ ਚਿਹਰੇ ਆ ਰਹੇ ਹੈ, ਜੋ ਕਿ ਇਹਨਾਂ ਮਿਸਤਰੀਆਂ ਕੋਲ ਹੈਗੇ ਹੈ। ਉਹ ਵੀ ਅਸੀਂ ਪੁਲਿਸ ਨੂੰ ਦਿਆਂਗੇ ਅਤੇ ਉਹਦੇ 'ਚ ਜੋ ਉਹਨਾਂ ਨੂੰ ਮਦਦ ਮਿਲ ਸਕਦੀ ਹੈ ਉਹ ਕਰਨ ਆਪਣੀ। ਪਹਿਲਾਂ ਹਾਂ, ਇਸ ਮਾਰਕੀਟ ਥੋੜ੍ਹੀ ਜਿਹੀ ਪਿੱਛੇ ਸੁਣਿਆ ਵੀ ਪਰਸੋਂ ਮਾਰਕੀਟ ਹੋਈ ਹੈ, ਪਰ ਉਹ ਮੇਰੇ ਨੋਟਿਸ ਅੱਜ ਹੀ ਆਈ ਹੈ, ਉਹ ਵੀ ਸੁਣਿਆ ਵੀ ਇੱਕ ਹੋਈ ਹੈ। ਚੌਂਕੀਦਾਰ ਇੱਕ ਹੈਗਾ ਬਾਹਰ ਮੇਨ ਰੋਡ 'ਤੇ, ਇਹਨਾਂ ਮਿਸਤਰੀਆਂ ਨੂੰ ਹੁਣ ਦੱਸਿਆ ਗਿਆ ਵੀ ਇੱਕ ਚੌਂਕੀਦਾਰ ਰੱਖੇ ਜਾਣ, ਕਿਉਂਕਿ ਸਿਕਿਉਰਿਟੀ ਗਾਰਡ ਜਾਂ ਕੁਛ ਨਾ ਕੁਛ ਰੱਖਣਾ ਪਏਗਾ। ਪਰ ਮੈਂ ਸਮਝਦਾ ਕਿ ਅਗਰ ਪੁਲਿਸ ਦੀ ਪੂਰੀ ਮੁਸਤੈਦੀ ਹੋਵੇ ਤਾਂ ਵੱਟਾ ਵੀ ਚੋਰੀ ਨਹੀਂ ਹੋ ਸਕਦਾ, ਇਹ ਤਾਂ ਬੜੀ ਵੱਡੀ ਚੀਜ਼ ਹੋ ਗਈ ਕਿ ਗੱਡੀਆਂ 6 ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਅਤੇ 6 ਗੱਡੀ ਦੀ ਬੈਟਰੀਆਂ ਚੱਕੀਆਂ ਗਈਆਂ। ਥਾਣੇ ਕੰਪਲੇਂਟ ਜਾ ਰਹੇ ਹਾਂ ਮਿਸਤਰੀ ਜੀ, ਫੋਨ 'ਤੇ 2 ਨੰਬਰ ਡਿਵੀਜ਼ਨ ਲੱਗੇਗਾ। ਇਹ ਬਹੁਤ ਹੀ ਗਲਤ ਗੱਲ ਹੈ ਜੀ, ਜਿਹੜੀਆਂ ਚੋਰੀਆਂ ਵੱਧਦੀਆਂ, ਇਹਨੂੰ ਪ੍ਰਸ਼ਾਸਨ ਦੀ ਅਣਗਹਿਲੀ ਹੈ ਜਾਂ ਪ੍ਰਸ਼ਾਸਨ ਦੀ ਹੋਰ ਕੰਮਾਂ 'ਚ ਬਿਜ਼ੀ ਹੈ। ਅਤੇ ਮੈਂ ਉਮੀਦ ਕਰਦਾ ਕਿ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਮੁਸਤੈਦੀ ਨਾਲ ਔਰ ਪੂਰੀ ਸਖਤੀ ਨਾਲ ਇਸ ਨੂੰ ਨਿਬੇੜੇਗਾ ਔਰ ਅੱਗੋਂ ਦੀ ਇਹੋ ਜਿਹੀ ਕੋਈ ਕਾਰਵਾਈ ਨਹੀਂ ਹੋਏਗੀ। ਪ੍ਰਿਤਪਾਲ ਸਿੰਘ ਜੀ, ਇਹ ਸਾਈ ਮਾਰਕੀਟ ਆ ਜੀ, ਉਰੇ ਸਾਡੇ ਗੱਡੀ ਦਾ ਬੈਟਰੀ ਨਿਕਲ ਗਈਆਂ 4-6 ਗੱਡੀਆਂ ਦੀਆਂ ਜੀ, ਇਹ ਰਾਤੀ 3:30 ਵਜੇ ਜੀ ਆ ਵੀਡੀਓ ਹੈਗੀ ਆਪਣੇ ਕੋਲ ਜੀ, 6 ਗੱਡੀਆਂ ਨੁਕਸਾਨ ਹੋਇਆ ਸਰ। ਅੱਜ ਕਹਿੰਦੇ ਵੀ ਸਾਡੇ ਬੈਟਰੀ ਵਾਪਸ ਪੈ ਜਾਣ ਬਸ ਗੱਡੀਆਂ ਦੇ, ਪਹਿਲਾਂ ਕੋਈ ਨੁਕਸਾਨ ਨਹੀਂ ਹੋਇਆ ਸਰ, ਨਾ ਪਹਿਲਾਂ ਕੋਈ ਸਾਈਨ ਟੁੱਟਿਆ ਜੀ। ਥਾਣੇ ਕੰਪਲੇਂਟ ਕਰਾਉਣ ਜਾ ਰਹੇ ਹਾਂ ਅਸੀਂ ਜੀ, ਘੱਟੋ ਘੱਟ 15-20 ਹਜ਼ਾਰ ਦਾ ਨੁਕਸਾਨ ਹੈਗਾ ਜੀ ਇਹ ਸਾਰੀਆਂ ਗੱਡੀਆਂ ਦਾ ਜੀ। ਉਹ ਤਾਂ ਸਾਨੂੰ ਕਰਕੇ ਦੇਣਾ ਪੈਣਾ ਨੁਕਸਾਨ ਆਪ ਜੀ, ਉਹ ਤਾਂ ਆਪ ਕਰਕੇ ਦੇਣਾ ਪੈਣਾ ਨਾ ਆਪਾਂ ਨੂੰ। ਪੁਲਿਸ ਕੋਲ ਕਰਾਉਣ ਜਾ ਰਹੇ ਹਾਂ ਅਸੀਂ, ਪੁਲਿਸ ਕਰਦੇ ਤਾਂ ਕੁਛ ਨਹੀਂ, ਪੁਲਿਸ ਉੱਥੇ ਜਾ ਕੇ ਕਰਾਂਗੇ ਮੇਰੇ, ਪੁਲਿਸ ਕੁਛ ਕਰਦੇ ਉੱਥੇ ਜਾ ਕੇ ਕਰਾਂਗੇ, ਪੁਲਿਸ ਕੀ ਕਰਨਾ, ਪੁਲਿਸ ਨੇ ਬੰਦੇ, ਪੁਲਿਸ ਨੇ ਕੁਛ ਨਹੀਂ ਕਰਨਾ ਮੇਰੇ। ਹਾਂ ਪੂਰੇ ਦਿਖ ਰਹੇ ਬੰਦੇ, 2 ਮੁੰਡੇ ਨੇ, ਇੱਕ ਮੋਨਾ ਇੱਕ ਸਰਦਾਰ ਜੀ। ਕੁਛ ਹਥਿਆਰ ਵੀ ਸੀਗੇ ਉਹਨਾਂ ਕੋਲ? ਨਹੀਂ, ਇੱਟਾਂ ਨਾਲ ਭੰਨਿਆ ਸੀ ਜੀ। ਕਿੱਦਾਂ ਦੀ ਕਾਰਵਾਈ ਚੱਲਦੀ? ਕਾਰਵਾਈ ਬਸ ਸਾਡਾ ਨੁਕਸਾਨ ਵਾਪਸ ਹੋ ਜਾਏ ਅਤੇ ਕਹਿੰਦੇ ਸਾਡੇ ਬੈਟਰੀਆਂ ਮਿਲ ਜਾਣ, ਸਿੱਸੇ ਪੈ ਜਾਣ ਗੱਡੀਆਂ ਦੇ। ਇੱਕ ਆਲਟੋ ਜੀ, 2 ਵਰਨਾ, ਇੱਕ ਸਵਿਫਟ, ਇੱਕ ਫਿਗੋ, ਇੱਕ ਸਕਾਰਪੀਓ ਜੀ।